ਸਿੱਖਾਂ ਨਾਲ ਧੱਕਾ ਖਾਦੇ ਹੋਏ ਇਟਲੀ ਦੀ ਸੁਪਰੀਮ ਕੋਰਟ ਨੇ ਜਨਤਕ ਥਾਵਾਂ ਤੇ ਕਿਰਪਾਨ ਧਾਰਨ ਕਰਨ ਤੇ ਲੱਗੀ ਪਾਬੰਦੀ ਜਾਰੀ ਰੱਖੀ ਹੈ। ਇਹ ਫੈਸਲਾ ਇੱਕ ਸਿੱਖ ਵਿਅਕਤੀ ਵੱਲੋਂ ਕੀਤੀ ਗਈ ਅਪੀਲ ਦੇ ਖਿਲਾਫ ਸੁਣਾਇਆ ਗਿਆ ਹੈ। ਅਦਾਲਤ ਨੇ ਕਿਹਾ ਕਿ ਜੋ ਲੋਕ ਇਟਲੀ ਵਿੱਚ ਰਹਿਣ ਦੀ ਚੋਣ ਕਰਦੇ ਨੇ ਉਹਨਾਂ ਨੂੰ ਹਥਿਆਰ ਧਾਰਨ ਕਰਨ ਦੀ ਪਾਬੰਦੀ ਦੀ ਪਾਲਣਾ ਕਰਨੀ ਚਾਹੀਦੀ ਹੈ, ਚਾਹੇ ਫਿਰ ਉਹ ਸਿੱਖਾਂ ਦੀ ਧਾਰਮਿਕ ਕਿਰਪਾਨ ਹੀ ਕਿਉਂ ਨਾ ਹੋਏ। ਅਦਾਲਤ ਨੇ ਮੰਨਿਆ ਕਿ ਬਹੁ ਧਰਮੀ ਸਮਾਜ ਵਿੱਚ ਵਿਭਿੰਨਤਾ ਜ਼ਰੂਰੀ ਹੈ, ਪਰ ਲੋਕਾਂ ਦੀ ਸੁਰੱਖਿਆ ਲਈ ਹਥਿਆਰ ਸੰਭਾਵਿਤ ਖਤਰਾ ਹੁੰਦੇ ਨੇ ਅਤੇ ਇਹਨਾਂ ਨੂੰ ਧਾਰਨ ਕਰਨਾ ਉਹਨਾਂ ਦੇ ਨਿੱਜੀ ਮੁੱਢਲੀ ਅਧਿਕਾਰਾਂ ਦੀ ਉਲੰਘਣਾ ਹੋਏਗਾ। ਇੱਥੇ ਦੱਸ ਦਈਏ ਕਿ ਇਹ ਫੈਸਲਾ ਇੱਕ ਸਿੱਖ ਨੌਜਵਾਨ ਵੱਲੋਂ ਜਨਤਕ ਥਾਂ ਤੇ ਕਿਰਪਾਨ ਪਹਿਨਣ ਦੇ ਮਾਮਲੇ ਵਿੱਚ ਸੁਣਾਇਆ ਗਿਆ ਹੈ। 6 ਮਾਰਚ 2013 ਨੂੰ ਇੱਕ ਸਿੱਖ ਨੌਜਵਾਨ ਨੇ 20 ਸੈਂਟੀਮੀਟਰ ਦੀ ਕਿਰਪਾਨ ਜਨਤਕ ਥਾਂ ਤੇ ਧਾਰਨ ਕੀਤੀ ਹੋਈ ਸੀ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਸਿੱਖ ਨੌਜਵਾਨ ਤੇ 2000 ਯੂਰੋ ਦਾ ਜੁਰਮਾਨਾ ਲਗਾਇਆ ਸੀ। ਸਿੱਖ ਵਿਅਕਤੀ ਨੇ ਕਿਹਾ ਕਿ ਇਹ ਉਹਨਾਂ ਦਾ ਧਾਰਮਿਕ ਚਿੰਨ੍ਹ ਹੈ ਜਿਵੇਂ ਕਿ ਦਸਤਾਰ ਹੈ ਅਤੇ ਉਹਨਾਂ ਦਾ ਧਰਮ ਹੈ ਕਿ ਉਹ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਨ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪ੍ਰਵਾਸੀਆਂ ਨੂੰ ਮੇਜ਼ਬਾਨ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ।